ਕਿਸੇ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਸਗੋਂ 4.5 ਸਾਲ ਕੈਪਟਨ ਸਾਹਿਬ ਨੇ ਆਪਣੇ ਮਹਿਲਾਂ ਦੇ ਵਿੱਚ ਬੈਠ ਕੇ ਮੈਂ ਇਹਦੇ ਵਿੱਚ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਰਾਂਗਾ ਕਿ ਇੱਕ ਪਾਕਿਸਤਾਨ ਤੋਂ ਆਈ ਹੋਈ ਬੀਬੀ ਅਰੁਸ਼ਾ ਆਲਮ ਦੇ ਨਾਲ ਬੈਠ ਕੇ ਦਾਰੂ ਪੀਤੀ ਸੀਤਾਫਲ ਚੀਕੂ ਦੇ ਫਲ ਖਾਧੇ ਹੋਰ 4.5 ਸਾਲ ਕੁਛ ਨਹੀਂ ਕੀਤਾ ਪੰਜਾਬ ਵੱਲ ਤਾਂ ਮੂੰਹੇ ਨਹੀਂ ਕੀਤਾ 4.5 ਸਾਲਾਂ ਦੇ ਵਿੱਚ ਕਰੋਨਾ ਕਾਲ ਵੀ ਆਇਆ ਉਹ ਕਰੋਨਾ ਕਾਲ ਦੇ ਵਿੱਚ ਅੰਦਰ ਬੈਠਾ ਹੀ ਬਸ ਹੁਕਮ ਜਾਰੀ ਕਰ ਦਿੰਦਾ ਸੀ ਕਿ ਰਾਤ ਦਾ ਕਰਫਿਊ ਹੈ ਜੀ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਦਾ ਕਰਫਿਊ ਆ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਇਹ ਕਰਫਿਊ ਕਿਹਨਾਂ ਵਾਸਤੇ ਸੀਗਾ ਇਹ ਆਮ ਪਬਲਿਕ ਵਾਸਤੇ ਸੀਗਾ ਜਿਹੜੇ ਘਰਾਂ ਦੇ ਵਿੱਚ ਸੁੱਤੇ ਪਏ ਹੁੰਦੇ ਹਨ ਸਾਨੂੰ ਘਰਾਂ ਦੇ ਵਿੱਚ ਰਾਤ ਨੂੰ ਇਹਨਾਂ ਨੇ ਕਰਫਿਊ ਵਾਸੀਆਂ ਦਾ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਆਮ ਆਦਮੀ ਪਾਰਟੀ ਦੇ ਵਿਚਾਰ ਸੁਣਨ ਆਏ ਨੇ ਅਤੇ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਤਰਦੀਪ ਭਾਅ ਜੀ ਦਾ ਭੁਪਿੰਦਰ ਭਾਅ ਜੀ ਦਾ ਜੋ ਪਹਿਲੇ ਦਿਨ ਤੋਂ ਇਸ ਪਾਰਟੀ ਦਾ ਝੰਡਾ ਚੱਕ ਕੇ ਤੁਰੇ ਹੋਏ ਨੇ ਤੁਹਾਡੇ ਪਿੰਡ ਦੇ ਵਿੱਚੋਂ ਬਹੁਤ ਵੋਟਾਂ ਦੀ ਲੀਡ ਨਾਲ ਅਸੀਂ ਪਿਛਲੀਆਂ ਚੋਣਾਂ ਦੇ ਵਿੱਚ ਜਿੱਤਦੇ ਆਏ ਹਾਂ ਤਾਂ ਐਤਕੀ ਵੀ ਮੈਨੂੰ ਲੱਗਦਾ ਵੀ ਹੜਾਪੜ ਵਾਸੀਆਂ ਨੇ ਆਪਣੇ ਰਿਕਾਰਡ ਤੋੜਨਾ ਆ ਕੁਛ ਕੁ ਪਿੰਡ ਨੇ ਨਵਾਂਸ਼ਹਿਰ ਦੇ ਵਿੱਚ ਜੋ ਬਹੁਤ ਵੱਡੇ ਪੱਧਰ 'ਤੇ ਵੋਟਾਂ ਪਾਉਂਦੇ ਨੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਵਿੱਚੋਂ ਇੱਕ ਤੁਹਾਡਾ ਪਿੰਡ ਹੈ ਪਿਛਲੀ ਵਾਰੀ ਵੀ ਜਦੋਂ ਡੱਬੇ ਖੁੱਲ੍ਹੇ ਇੱਧਰੋਂ ਤਾਂ ਲੀਡ ਅੜਾਪੜ ਤੋਂ ਮਿਲੀ ਸੀ ਅਤੇ ਉਹ ਲੀਡ ਜਾਂਦੀ ਜਾਂਦੀ ਨਵਾਂਸ਼ਹਿਰ ਤੋਂ ਜਾ ਕੇ ਉਹ ਹਟੀ ਸੀ ਨਵਾਂਸ਼ਹਿਰ 'ਚੋਂ ਅਤੇ ਐਤਕੀ ਵੀ ਉਮੀਦ ਕਰਦੇ ਹਾਂ ਵੀ ਅੜਾਪੜ ਪਿੰਡ ਦੇ ਵਾਸੀ ਬਹੁਤ ਵੱਡੇ ਪੱਧਰ 'ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣਗੇ ਬਾਕੀ ਤੁਸੀਂ ਪਹਿਲੇ ਬਹੁਤ ਜ਼ਿਆਦਾ ਅੜਾਪੜ ਦੇ ਚੱਕਦਾਨੇ ਦੇ ਨੌਜਵਾਨ ਪੰਜ ਸਾਲ ਹੋ ਗਏ ਹੁਣ ਕਾਂਗਰਸ ਨੂੰ ਰਾਜ ਕਰਦੇ ਹਾਂ ਸਾਨੂੰ ਇਹਨਾਂ ਦੀਆਂ ਜੋ ਕੀਤੀਆਂ ਹੋਈਆਂ ਜੋ ਇਹਨਾਂ ਨੇ ਸਾਨੂੰ ਲੁੱਟਿਆ ਤੇ ਕੁੱਟਿਆ ਉਹ ਸਾਨੂੰ ਯਾਦ ਰਹਿ ਜਾਂਦਾ ਆ ਪੁਰਾਣੀ ਸਰਕਾਰ ਸਾਨੂੰ ਚੇਤੇ ਭੁੱਲ ਜਾਂਦੀ ਹੈ ਆਪਾਂ ਆਮ ਤੌਰ 'ਤੇ ਪੁਰਾਣਿਆਂ ਤੋਂ ਦੁਖੀ ਹੋ ਕੇ ਉਹ ਪਿਛਲੇ ਵਾਲੇ ਨੂੰ ਫਿਰ ਆਪਾਂ ਵੋਟਾਂ ਪਾਉਂਦੇ ਜਿੱਦਾਂ ਆਪਾਂ 2017 ਦੇ ਵਿੱਚ ਕੀਤਾ ਸੀਗਾ ਆਪਾਂ ਦੁਖੀ ਸੀ ਅਕਾਲੀ ਦਲ ਤੋਂ ਅਤੇ ਆਪਾਂ ਮੁੜ ਕੇ ਕਾਂਗਰਸ ਬਣਾ ਲਈ ਉਹ ਤੋਂ ਪਹਿਲਾਂ ਵੀ ਕਾਂਗਰਸ ਹੁੰਦੀ ਸੀਗੀ ਤਾਂ ਅਸੀਂ ਵੀ ਚਲੋ ਆਪਣੀ ਗਲਤੀ ਬੰਦ ਸਾਡੇ ਪਰ ਵੀ ਥੋੜ੍ਹਾ ਜਿਹਾ ਘੱਟ ਵਿਸ਼ਵਾਸ ਜਤਾਇਆ ਕਿਉਂਕਿ ਨਵੀਂ ਪਾਰਟੀ ਸੀ ਤਾਂ ਇਸ ਵਾਰ ਲੋਕਾਂ ਨੇ ਮਨ ਬਣਾਇਆ ਹੋਇਆ ਆ ਜਿਹਨਾਂ ਜਿਹੜੇ ਵੀ ਮੇਰੇ ਵੀਰੋ 2 ਜਿੱਤੀ 'ਚ ਹਨ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਅੱਜ ਇਸ ਚੋਣ ਮੁਹਿੰਮ ਦਾ ਹਿੱਸਾ ਬਣੇ ਆ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਦੇ ਵਿਚਾਰ ਸੁਣਨ ਲਈ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਮੈਂ ਜ਼ਿਆਦਾ ਕੁਛ ਤਾਂ ਬੋਲਣਾ ਨਹੀਂ ਸਿਰਫ ਇੱਕੋ ਹੀ ਗੱਲ ਬੇਨਤੀ ਕਰਨੀ ਆ ਕਿ ਇੱਕ ਮੌਕਾ ਦਿਓ ਆਮ ਆਦਮੀ ਪਾਰਟੀ ਨੂੰ ਜ਼ਰੂਰ ਅਸੀਂ ਵੀ ਇਸ ਸਿਸਟਮ ਤੋਂ ਦੁਖੀ ਹੋ ਕੇ ਤੰਗ ਪਰੇਸ਼ਾਨ ਹੋ ਕੇ ਚੱਲੇ ਸੀ ਕਿਉਂਕਿ ਐਡਾ ਇੰਨੀ ਕਰਪਸ਼ਨ ਜਿਹੜੀ ਵੱਧ ਚੁੱਕੀ ਆ ਸਾਡੇ ਸਮਾਜ ਦੇ ਵਿੱਚ ਸਾਡੇ ਕੋਈ ਵੀ ਅਦਾਰਾ ਲੈ ਲਓ ਬਿਨਾਂ ਕਰਪਸ਼ਨ ਤੋਂ ਲੈ ਕੇ ਬਿਨਾਂ ਕਰਪਸ਼ਨ ਤੋਂ ਨਹੀਂ ਸੱਖਣਾ ਨਹੀਂ ਹੈਗਾ ਸਾਡੇ ਜਨਮ ਦੇ ਮੌਤ ਸਰਟੀਫਿਕੇਟ ਤੋਂ ਲੈ ਕੇ ਮੌਤ ਦੇ ਸਰਟੀਫਿਕੇਟ ਤੱਕ ਜਿੰਨੀਆਂ ਪੜਾਵਾਂ 'ਚੋਂ ਅਸੀਂ ਗੁਜ਼ਰਦੇ ਹਾਂ ਹਰੇਕ ਜਗ੍ਹਾ ਕਰਪਸ਼ਨ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਮੈਂ ਪਹਿਲੀ ਵਾਰੀ ਮੈਂ ਤੁਹਾਨੂੰ ਦੱਸਣ ਲੱਗਿਆ ਆਪਣਾ ਵਾਕਿਆ ਜਦੋਂ ਪਹਿਲੀ ਵਾਰੀ ਮੈਂ ਲੰਬੜਦਾਰੀ ਦੀ ਜ਼ਿੰਮੇਵਾਰੀ ਮਿਲੀ ਤਾਂ ਰਜਿਸਟਰੀ ਕਰਾਉਣ ਗਏ ਸੀਗੇ ਬੀ ਪਿਆ ਤੁਹਾਡੇ ਇੱਥੇ ਜੋਗਿੰਦਰ ਸਿੰਘ ਦਾ ਪੋਤਾ ਉਹ ਵਿਚਾਰਾ ਉਹਦਾ ਡੈਡੀ 350-400 ਰੁਪਈਆ ਦਿਹਾੜੀ ਲੈਂਦਾ ਹੋਏਗਾ ਜਦਕਿ ਉਹਨੇ ਆਪਣੇ ਪਿਓ ਨੇ ਆਪਣੇ ਪੁੱਤ ਨੂੰ ਜ਼ਮੀਨ ਦੇਣੀ ਸੀਗੀ ਅਤੇ ਉਹਦੇ ਤੋਂ ਵੀ ਯਾਨੀ 2% ਯਾਨੀ ਕਿ 40-50 ਹਜ਼ਾਰ ਰੁਪਈਆ ਐਜ ਏ ਰਿਸ਼ਵਤ ਮੰਗੀ ਗਈ ਅਤੇ ਉਹਨਾਂ ਨੇ ਮੈਨੂੰ ਮੈਂ ਪਹਿਲੇ ਦਿਨ ਹੀ ਗਿਆ ਸੀ ਅਤੇ ਮੈਨੂੰ ਕਿਹਾ ਲੰਬੜਦਾਰ ਜੀ ਵੀ ਆ ਫੀਸ ਦਵਾਓ ਮੈਂ ਕਿਹਾ ਜੀ ਕਿਸ ਚੀਜ਼ ਦੀ ਫੀਸ ਆ ਜਿਹੜੀ ਫੀਸ ਸਰਕਾਰੀ ਆ ਤੁਹਾਡੀ ਉਹਦਾ ਉਹ ਦੇ ਚੁੱਕੇ ਨੇ ਨਹੀਂ ਇਹ ਫੀਸ ਹੁੰਦੀ ਆ ਕਹਿੰਦੇ ਸਾਡੇ ਜਿਹੜੀ ਲੱਗਦੀ ਆ ਮੈਂ ਕਿਹਾ ਮੇਰਾ ਜਵਾਬ ਉਹਨਾਂ ਨੂੰ ਇਹੀ ਸੀਗਾ ਵੀ ਜੇ ਤਾਂ ਪਾਰਟੀ ਦਿੰਦੀ ਆ ਤੁਸੀਂ ਲੈ ਲਓ ਫਿਰ ਮੈਂ ਇਹਦੇ ਅਸੀਂ ਇਸ ਕੰਮ 'ਚ ਨਹੀਂ ਤੁਹਾਡਾ ਸਾਥ ਦੇ ਸਕਦਾ ਸੋ ਇਸ ਕਰਕੇ ਪੈਰ 'ਤੇ ਕਰਪਸ਼ਨ ਦਾ ਸਾਹਮਣਾ ਕਰਨਾ ਪੈਂਦਾ ਤੋਂ ਵੀਰੋ ਇੱਕ ਬੇਨਤੀ ਜ਼ਰੂਰ ਆ ਕਿ ਇੱਕ ਮੌਕਾ ਜ਼ਰੂਰ ਦਿਓ ਆਪ ਨੂੰ ਅਤੇ ਫਿਰ ਦੇਖਿਓ ਪੰਜਾਬ ਨੂੰ ਸਾਡੀਆਂ ਮਾਤਾਵਾਂ ਨੂੰ ਭੈਣਾਂ ਨੂੰ ਨੌਜਵਾਨ ਵੀਰਾਂ ਨੂੰ ਮੈਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਬਜ਼ੁਰਗੋ ਤੁਹਾਡੇ ਪੋਤਾਂ ਮਾਤਾ ਤੁਹਾਡੇ ਬੱਚੇ ਆ ਤੇ ਨੌਜਵਾਨ ਵੀਰੋ ਤੁਹਾਡੇ ਭਰਾ ਆ। ਕੋਈ ਲੀਡਰ ਪੁਣਾ ਨਹੀਂ ਝਾੜਨ ਆਏ, ਨਾ ਕੋਈ ਲੱਛੇਦਾਰ ਭਾਸ਼ਣ ਕਰਨ ਆਏ ਆ। ਇਸ ਸਿਸਟਮ ਤੋਂ ਦੁਖੀ ਆ, ਪਿਛਲੇ 9 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ, ਜਿੰਨਾ ਹੋ ਸਕਦਾ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਹੁਣ ਵੀ ਆਪ ਜੀ ਨੂੰ ਪਤਾ ਕਿ ਜਦੋਂ ਹਲਕਾ ਨਵਾਂਸ਼ਹਿਰ ਦੀ ਟਿਕਟ ਅਨਾਊਂਸ ਹੋਈ ਉਦੋਂ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਸਤਨਾਮ ਜਲਵਾਹੇ ਨੂੰ ਟਿਕਟ ਮਿਲਣੀ ਆ, ਕਿਉਂਕਿ ਸਾਡੀ ਸਾਰੀ ਟੀਮ ਇਹੀ ਕਹਿੰਦੀ ਸੀ ਕਿ ਸਾਡਾ ਉਮੀਦਵਾਰ ਸਤਨਾਮ ਆ। ਸੋ ਪਰ ਟਿਕਟ ਪਾਰਟੀ ਨੇ ਲਲਿਤ ਮੋਹਨ ਪਾਠਕ ਜੀ ਨੂੰ ਦੇ ਦਿੱਤੀ। ਉਸ ਤੋਂ ਬਾਅਦ ਸਾਡੇ ਪਰਿਵਾਰ ਦੇ ਵਿੱਚ ਆਪਸੀ ਨਾਰਾਜ਼ਗੀ ਵੀ ਹੋ ਗਈ, ਜਿਸ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਨੂੰ ਦਿੱਲੀ ਬੁਲਾਇਆ। ਦਿੱਲੀ ਬੁਲਾ ਕੇ ਉਹਨਾਂ ਨੇ ਸਾਨੂੰ ਇੱਕੋ ਹੀ ਗੱਲ ਕਹੀ ਕਿ ਨੌਜਵਾਨੋ, ਜਿਹੜੀ ਤੁਸੀਂ ਮਿਹਨਤ ਕੀਤੀ ਆ, ਹੋ ਸਕਦਾ ਕਿਸੇ ਵਿੱਚ ਵਿਚਾਲੇ ਵਾਲੇ ਬੰਦੇ ਤੋਂ ਸਹੀ ਰਿਪੋਰਟਿੰਗ ਨਾ ਕਰਨ ਦੀ ਵਜ੍ਹਾ ਦੇ ਨਾਲ ਤੁਹਾਡਾ ਹੱਕ ਮਾਰਿਆ ਗਿਆ ਹੋਵੇ, ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪਾਰਟੀ ਦਾ ਕਨਵੀਨਰ ਹੋਣ ਦੇ ਨਾਤੇ ਕਿ ਤੁਹਾਡੀ ਕਿਸੇ ਨੌਜਵਾਨ ਦੀ ਮਿਹਨਤ ਜਾਇਆ ਨਹੀਂ ਜਾਊਗੀ, ਤੁਹਾਡਾ ਕਿਸੇ ਦਾ ਵੀ ਹੱਕ ਨਹੀਂ ਮਰਨ ਦਿੱਤਾ ਜਾਊਗਾ। ਪੰਜਾਬ ਦੇ ਭਲੇ ਦੇ ਲਈ ਤੁਸੀਂ ਇਕੱਠੇ ਹੋ ਕੇ ਇੱਕ ਵਾਰ ਇਹਨਾਂ ਲੋਟੂ ਲੀਡਰਾਂ ਤੋਂ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਡਟ ਕੇ ਆਮ ਆਦਮੀ ਪਾਰਟੀ ਦਾ ਸਾਥ ਦੇ ਦਿਓ। ਅਸੀਂ ਉਦਣੇ ਹੀ ਉਹਨਾਂ ਨੂੰ ਕਹਿ ਤਾ ਸੀ ਕਿ ਅਰਵਿੰਦ ਜੀ,